ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਪਹਿਲਾਂ ਪੇਸ਼ ਨੇ ਚੌਂਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਅਗਲੇ 25 ਵਰਿਆਂ ਲਈ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਵਿਕਾਸ ਲਈ ਸਾਰਿਆਂ ਨੂੰ ਰਲ ਕੇ ਕੰਮ ਕਰਨ ਦੀ ਦਿੱਤੀ ਸਲਾਹ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲੀ ਬੱਚਿਆਂ ਦੀ ਪ੍ਰਤਿਭਾ ਨਿਖਾਰਨ ਲਈ ਲਰਨ ਐਂਡ ਗਰੋ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ ਤੇ ਵਿਸ਼ਵ ਕੱਪ ਹਾਕੀ ਦੇ ਗਰੁੱਪ D ਦੇ ਆਖਰੀ ਲੀਗ ਮੈਚ ਵਿੱਚ ਭਾਰਤ ਦਾ ਮੁਕਾਬਲਾ ਹੋਣ ਤੋਂ ਕੁਝ ਦੇਰ ਬਾਅਦ ਵੇਲਜ਼ ਨਾਲ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਰਨਾਟਕ ਦੇ ਯਾਦਗੀਰੀ ਜ਼ਿਲ੍ਹੇ ਵਿੱਚ ਨਾਰਾਇਣਪੁਰ ਲੈਫਟ ਬੈਂਕ ਨਹਿਰ ਦੇ ਵਿਸਥਾਰ ਮੁਰੰਮਤ ਅਤੇ ਆਧੁਨਿਕੀਕਰਨ ਪ੍ਰੋਜੈਕਟ ਦਾ ਉਦਘਾਟਨ ਕੀਤਾ ਇਸ ਪ੍ਰੋਜੈਕਟ ਨੂੰ ਕੇਂਦਰ ਅਤੇ ਸੂਬਾ ਸਰਕਾਰ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ ਕਲਬੁਰਗੀ ਜ਼ਿਲ੍ਹੇ ਦੇ ਸਿਧਾਮ ਵਿੱਚ ਮਾਲਖੇੜਾ ਵਿਖੇ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਵੋਟ ਬੈਂਕ ਦੀ ਰਾਜਨੀਤੀ ਨਹੀਂ ਕਰਦੀ ਬਲਕਿ ਸਰਕਾਰ ਦੇਸ਼ ਦੇ ਸਰਬਪੱਖੀ ਵਿਕਾਸ ਤੇ ਧਿਆਨ ਦੇ ਰਹੀ ਹੈ ਉਨਾ ਕਹ ਕੇ ਦੇਸ਼ ਦੀ ਆਜ਼ਾਦੀ ਦੇ 75 ਵਰਿਆਂ ਮਗਰੋਂ ਅਗਲੇ 25 ਵਰਿਆਂ ਲਈ ਸਾਨੂੰ ਦੇਸ਼ ਨੂੰ ਵਿਕਸਿਤ ਦੇਸ਼ ਬਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਹਰ ਇੱਕ ਨਾਗਰਿਕ ਤੇ ਸੂਬੇ ਨੂੰ ਅਪੀਲ ਕੀਤੀ ਕਿ ਅਮ੍ਰਿਤਕਾਲ ਵਿੱਚ ਇਸ ਸੰਕਲਪ ਨੂੰ ਪੂਰਾ ਕਰਨ ਲਈ ਅੱਗੇ ਆਉਣ ਜਦ ਸੜਕ ਬਿਜਲੀ ਔਰ ਪਾਣੀ ਜੈਸੇ ਇਨਫਰਾਸਟ੍ਰਕਚਰ ਪਰ ਨਿਵੇਸ਼ ਕਰਨੇ ਦਾ ਸਮਾਂ ਥਾ ਤਬ उस समय जो दल सरकारों में थे उन दलों ने वोट बैंक की राजनीति को बढ़ावा दिया इस जाति उस मत मजहब का वोट पक्का वोट कैसे बन जाए हर योजना हर कार्यक्रम को इसी दायरे में बांध करके रखा साथियों हमारी सरकार की प्राथमिकता वोट बैंक नहीं है हमारी प्राथमिकता है विकास विकास और विकास भारत सरकार वालों शुरू किए गए रोजगार मेले की लड़ी वि तीजा रोजगार मेला भल के वी जनवरी नश भर आयोजित किया जा रहा है ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੇਲੇ ਨੂੰ ਆਨਲਾਈਨ ਸੰਬੋਧਨ ਕਰਨਗੇ ਤੇ ਤਕਰੀਬਨ 71000 ਨਿਯੁਕਤੀ ਪੱਤਰ ਪ੍ਰਦਾਨ ਕਰਨਗੇ ਇਹ ਨੌਜਵਾਨ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਰੋਜ਼ਗਾਰ ਮੇਲਾ ਦੇਸ਼ ਵਿੱਚ ਰੋਜ਼ਗਾਰ ਪੈਦਾ ਕਰਨ ਨੂੰ ਸਰਬਉੱਚ ਪਹਿਲ ਦੇਣ ਦੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਦੀ ਦਿਸ਼ਾਵਾਲ ਇੱਕ ਵੱਡਾ ਕਦਮ ਹੈ ਕਰਮਯੋਗੀ ਪ੍ਰਬੰਧਨ ਮਾਡਲ ਰਾਹੀਂ ਸ਼ੁਰੂਆਤੀ ਸਿਖਲਾਈ ਹਾਸਲ ਕਰਨ ਵਾਲੇ ਇਹ ਨੌਜਵਾਨ ਰੋਜ਼ਗਾਰ ਮੇਲੇ ਵਿੱਚ ਆਪਣੇ ਤਜਰਬੇ ਵੀ ਸਾਂਝੇ ਕਰਨਗੇ ਪੰਜਾਬ ਵਿੱਚ ਇਹ ਮੇਲਾ ਲੁਧਿਆਣਾ ਅਤੇ ਮੋਹਾਲੀ ਵਿਖੇ ਆਯੋਜਿਤ ਕੀਤਾ ਜਾਵੇਗਾ ਲੁਧਿਆਣਾ ਵਿੱਚ ਇਸ ਮੇਲੇ ਦਾ ਆਯੋਜਨ ਕਸਟਮਜ਼ ਕਮਿਸ਼ਨਰੇਟ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਪਵਨ ਵਿਖੇ ਕੀਤਾ ਜਾ ਰਿਹਾ ਹੈ ਕਸਟਮਜ਼ ਕਮਿਸ਼ਨਰ ਵਰਿੰਦਾਬਾ ਗੋਹਿਲ ਨੇ ਦੱਸਿਆ ਕਿ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਮਕਾਨ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਔਰ ਰੋਜ਼ਗਾਰ ਪਾਉਣ ਵਾਲੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕਰਨਗੇ ਮੇਲੇ ਦੌਰਾਨ ਤਕਰੀਬਨ 185 ਨੌਜਵਾਨਾਂ ਨੂੰ ਇਹ ਨਿਯੁਕਤੀ ਪੱਤਰ ਦਿੱਤੇ ਜਾਣੇ ਨੇ ਇਸੇ ਤਰ੍ਹਾਂ ਮੋਹਾਲੀ ਦੇ ਇੰਡੀਅਨ ਸਕੂਲ ਆਫ ਬਿਜ਼ਨਸ ਆਈਐਸਬੀ ਵਿਖੇ ਹੋਣ ਵਾਲੇ ਰੋਜ਼ਗਾਰ ਮੇਲੇ ਦੇ ਮੁੱਖ ਮਹਿਮਾਨ ਕੇਂਦਰੀ ਵਣਜ ਤੇ ਸੰਨਤ ਰਾਜ ਮੰਤਰੀ ਸੋਮ ਪ੍ਰਕਾਸ਼ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨ ਡੀ ਆਰ ਐਫ ਦੇ ਸਥਾਪਨਾ ਦਿਵਸ ਤੇ ਇਸ ਬਲ ਨੂੰ ਵਧਾਈ ਦਿੱਤੀ ਹੈ। ਆਪਨੇ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਨ ਡੀ ਆਰ ਐਫ ਸਭ ਤੋਂ ਚੁਣੌਤੀਪੂਰਨ ਹਾਲਾਤ ਵਿੱਚ ਲੋਕਾਂ ਨੂੰ ਮਦਦ ਪ੍ਰਦਾਨ ਕਰਦਾ ਹੈ ਤੇ ਉਹਨਾਂ ਦੀ ਬਹਾਦਰੀ ਸ਼ਲਾਘਾਯੋਗ ਹੈ। ਉਹਨਾਂ ਨੇ ਕਿਹਾ ਕਿ ਭਾਰਤ ਐਨ ਡੀ ਆਰ ਐਫ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ। ਗ੍ਰਾਮ ਮੰਤਰੀ ਅਮਿਤ ਸ਼ਾਹ ਨੇ V&DRF ਦੇ ਬਹਾਦਰ ਜਵਾਨਾਂ ਨੂੰ ਉਹਨਾਂ ਦੇ ਸਥਾਪਨਾ ਦਿਵਸ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਉਹਨਾਂ ਕਹਿਆ ਕਿ NDRF ਦਾ ਸਫ਼ਰ ਪੇਸ਼ੇਵਰ ਮਹਾਰਤ ਲਈ ਬਹਾਦਰੀ ਤੇ ਵਚਨਬੱਧਤਾ ਨਾਲ ਭਰਿਆ ਹੋਇਆ ਏ ਉਹਨਾਂ ਜਵਾਨਾਂ ਨੂੰ ਖਤਰੇ ਤੋਂ ਬਚ ਕੇ ਹਿੰਮਤ ਵਾਲੇ ਕਦਮ ਚੁੱਕਣ ਲਈ ਆਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਜਨਵਰੀ ਨੂੰ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਦੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮਹੀਨਾਵਾਰੀ ਇਹ ਸੇ ਰੇਡੀਓ ਪ੍ਰੋਗਰਾਮ ਦੀ 97 ਵੀ ਕੜੀ ਹੋਵੇਗੀ। ਪ੍ਰਧਾਨ ਮੰਤਰੀ ਨੇ ਇਸ ਪ੍ਰੋਗਰਾਮ ਵਿੱਚ ਵਿਚਾਰੇ ਜਾਣ ਵਾਲੀ ਵਿਸ਼ਿਆਂ ਤੇ ਲੋਕਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤਾ ਹੈ। ਨਮੋ ਐਪ ਜਾਂ ਮਾਈ ਗਵਰਨਮੈਂਟ ਓਪਨ ਫਾਰਮ ਤੇ ਲੋਕ ਆਪਣੇ ਸੁਝਾਅ ਪੇਸ਼ ਕਰ ਸਕਦੇ ਨੇ। ਇਸ 외ਲਾਵਾ ਟੋਲ ਫਰੀ ਨੰਬਰ 1800117800 라히비 प्रधानमंत्री ਨੂੰ ਆਪਣੇ ਸੁਝਾ ਹਿੰਦੀ ਜਾਂ ਅੰਗਰੇਜ਼ੀ ਵਿੱਚ ਰਿਕਾਰਡ ਕਰਵਾ ਸਕਦੇ ਨੇ ਫੋਨ ਲਾਈਨਾਂ 27 ਜਨਵਰੀ ਤੱਕ ਖੁੱਲੀਆਂ ਰਹਿਣਗੀਆਂ ਬੀਤੇ ਦਿਨ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸੂਬੇ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨਾਲ ਮੁਲਾਕਾਤ ਕੀਤੀ ਇਸ ਬਾਰੇ ਆਪ ਨੇ ਇੱਕ ਟਵੀਟ ਵਿੱਚ ਤਸਵੀਰਾਂ ਸਾਂਝੀਆਂ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਪੰਜਾਬ ਦੇ ਭਵਿੱਖ ਬਾਰੇ ਚਰਚਾ ਹੋਈ ਏ ਅਤੇ ਉज्ज्वल ਭਵਿੱਖ ਦਾ ਟੀਚਾ ਹਾਸਲ ਕਰਨ ਲਈ ਉਹਨਾਂ ਨਾਲ ਮਿਲ ਕੇ ਕੰਮ ਕਰਾਂਗੇ। ਮਨਪ੍ਰੀਤ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਵੀ ਮੁਲਾਕਾਤ ਕੀਤੀ ਤੇ ਭਾਰਤੀ ਜਨਤਾ ਪਾਰਟੀ ਵਿੱਚ ਉਹਨਾਂ ਦੇ ਨਿਗੇ ਸਵਾਗਤ ਲਈ ਧੰਨਵਾਦ ਕੀਤਾ ਮਨਪ੍ਰੀਤ ਬਾਦਲ ਨੇ ਪਾਰਟੀ ਪ੍ਰਧਾਨ ਵਜੋਂ ਜੇਪੀ ਨੱਡਾ ਦਾ ਕਾਰਜਕਾਲ ਵਧਾਈ ਜਾਣ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਕੇਂਦਰੀ ਮੰਤਰੀ ਪਿਊਸ਼ ਕੋਇਲ ਵੀ ਇਸ ਮੌਕੇ ਮੌਜੂਦ ਸਨ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ हिमाचल प्रदेश ਦੇ ਹਮੀਰਪੁਰ ਜ਼ਿਲ੍ਹੇ ਵਿੱਚ ਅੱਜ ਦਿਸ਼ਾ ਕਮੇਟੀ ਦੀ ਮੀਟਿੰਗ ਕੀਤੀ। ਉਹਨਾਂ ਕਹੇ ਕਿ ਸੂਬੇ ਵਿੱਚ ਸਾਰੇ ਖੇਤਰਾਂ ਦੇ ਵਿਕਾਸ ਲਈ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਹੋਵੇਗਾ। ਉਹਨਾਂ ਕਹਾ ਕਿ ਇਸ ਵਾਸਤੇ ਸਾਰੇ ਪ੍ਰੋਜੈਕਟਾਂ ਦੀ ਪ੍ਰਤੀਬਾਰੇ ਸਮੇਂ-ਸਮੇਂ ਤੇ ਧਿਆਨ ਦੇਣਾ ਹੋਵੇਗਾ। ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਖਣਨ ਤਸਕਰੀ ਦੀਆਂ ਕਟਨਾਵਾਂ ਰੋਕਣ ਲਈ ਖਾਸ ਪ੍ਰਬੰਧ ਕਰਨੇ ਹੋਣਗੇ। ਜੋ بڑے ਪ੍ਰੋਜੈਕਟ ਹੈ 빅 ਟਿਕਟ ਪ੍ਰੋਜੈਕਟ ਉਸਕੀ ਰੈਗੂਲਰ ਮੋਨਿਟਰਿੰਗ ਹੋ आय के साधन हमीरपुर जिला में बनाने के लिए कोई बहुत ज्यादा अवसर उस तरह से नहीं दिखते एग्रीकल्चर हॉर्टिकल्चर क्या कर सकता है इंडस्ट्री वाले सेल्फ हेल्प ग्रुप की आय कैसे बढ़ा सकते हैं माइनिंग एक बड़ी चिंता का विषय है समाज भी जागरूक होना चाहिए और इसमें टेक्नोलॉजी का उपयोग करके इन माइनिंग पर रोक लगे वो हम सबकी आवश्यकता है टीवी वाले प्रोग्राम में जो बाकी 600 लोग बचे हैं جن ڈیپارٹمنٹس کی شمتا ہے جو اگے کچھ لوگوں کی ذمہ داری ہے ڈیپارٹمنٹ کو اپنی ذمہ داری لے سکتا ہے اپ کو ان کو گود لے کے ان کو ہمیں ختم کرنا ہی ہے ऑल इंडिया کانگریس پر دان ملک ارجن کھڑگے اج اگے کانگریسی نیتہ تے سنسدی ممبر স্বর্গی چودھری سنتوک سنگھ دے گھر افسوس لئی پُجے انہاں স্বর্গی نیتہ دے پتر وکرم چودھری تے پروار نال دکھ سانجھا کیتا اس موقعو انہاں نال ورودی تیر دے نیتہ پرتاپ سنگھ باجوا تے ہور کانگریسی اگُو وی موجود سن ਜ਼ਿਕਰ ਹੋ ਗਏ ਕਿ ਪਿਛਲੇ ਦਿਨੀ ਪਾਰਤ ਜੋੜੋ ਯਾਤਰਾ ਦੌਰਾਨ ਚੌਧਰੀ ਸੰਤੋਖ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਫਾਜ਼ਿਲਕਾ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨੇ ਲਰਨ ਐਂਡ ਗਰੋ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ 1.5 ਕਿਲੋਮੀਟਰ ਦੂਰ ਪਿੰਡ ਮੁਹੰਮਦ ਪੀਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਹੋਏ ਇੱਕ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਇਹ ਪ੍ਰੋਜੈਕਟ ਲਾਂਚ ਕੀਤਾ। ਸਕੂਲ ਵਿੱਚ ਉਹਨਾਂ ਅਧਿਆਪਕ ਵੱਜੋਂ ਬੱਚਿਆਂ ਦੀ ਕਲਾਸ ਲਈ ਉਹਨਾਂ ਕਹਿਆ ਕਿ ਇਸ ਪ੍ਰੋਜੈਕਟ ਦਾ ਮਕਸਦ ਬੱਚਿਆਂ ਵਿੱਚ ਛੁਪੀ ਪ੍ਰਤਿਭਾ ਨੂੰ ਸਾਹਮਣੇ ਲਿਆਉਣਾ ਹੈ ਪ੍ਰੋਜੈਕਟ ਤਹਿਤ ਹਰ ਹਫ਼ਤੇ ਜ਼ਿਲ੍ਹੇ ਦੇ ਵੱਡੇ ਅਧਿਕਾਰੀ ਸਕੂਲਾਂ ਵਿੱਚ ਜਾ ਕੇ ਬੱਚਿਆਂ ਦੀ ਕਲਾਸ ਲੈਣਗੇ ਇਸ ਦੌਰਾਨ ਬੱਚਿਆਂ ਨਾਲ ਸਵਾਲ ਜਵਾਬ ਵੀ ਕੀਤੇ ਜਾਣਗੇ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਮੋਟੀਵੇਸ਼ਨ ਦਿੱਤੀ ਜਾਏ ਕਿਉਂਕਿ ਫਾਜ਼ਿਲਕਾ ਜ਼ਿਲ੍ਹਾ ਅੱਜ ਮੈਂ ਬਾਰਡਰ ਦੇ ਬਿਲਕੁਲ ਸਕੂਲ ਤੇ ਆਈ ਹਾਂ ਕਿਉਂਕਿ ਬਾਰਡਰ ਤੇ ਬੱਚੇ ਪੜ੍ਹ ਰਹੇ ਹਨ ਬੱਚਿਆਂ ਨੂੰ ਬਾਰਡਰ ਦੇ ਆਪਣੇ ਚੈਲੰਜਸ ਸੁਣਨੇ ਉਸ ਕਰਕੇ ਬੱਚਿਆਂ ਨੂੰ ਮੋਟੀਵੇਸ਼ਨਲ ਲੈਕਚਰਸ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਸਹੀ ਰਾਹ ਤੇ ਪੈਣ ਔਰ ਬੱਚਿਆਂ ਦੀ ਇਹੀ ਉਮਰ ਹੈ ਜੀ ਹੁੰਦੀ ਹੈ ਉਹ ਸਹੀ ਰਾਹ ਵੀ ਚੂਜ਼ ਕਰ ਸਕਦੇ ਨੇ ਔਰ ਗਲਤ ਰਾਹ ਤੇ ਭਟਕ ਵੀ ਸਕਦੇ ਨੇ ਇਸ ਮੁਹਿੰਮ ਦੇ ਸ਼ੁਰੂ ਹੋਣ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਵੀ ਖੁਸ਼ ਨਜ਼ਰ ਆਏ ਤੇ ਪ੍ਰਸ਼ਾਸਨ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ। ਮੈਨੂੰ ਪਹਿਲਾਂ ਤਾਂ ਬਹੁਤ ਹੀ ਖੁਸ਼ੀ ਹੋਈ ਕਿ ਮੈਮ ਸਾਡੇ ਸਕੂਲ ਵਿੱਚ ਆਏ ਸਾਡੇ ਨਾਲ ਗੱਲਬਾਤ ਕੀਤੀ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਸ ਗੱਲ ਦੀ ਤੇ ਮੈਂ ਆਪਸ ਇਹਨੇ ਸੋਚਿਆ ਸੀ ਕਿ ਜੇ ਮੈਂ IAS ਅਫਸਰ ਬੰਨਾ ਚਾਹ ਨਹੀਂ ਆ ਤਾਂ ਮੈਂ ਸਿਰਫ ਕਿਸੇ ਵੀ IAS ਅਫਸਰ ਨਾਲ ਜ਼ਰੂਰ ਇੱਕ ਵਾਰ ਗੱਲ ਕਰਾਂ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇਸ ਦੀ ਸ਼ੁਰੂਆਤ ਕਿੱਦਾਂ ਕੀਤੀ ਤੇ ਮੈਨੂੰ ਇਸ ਦੀ ਕਿਸ ਤਰ੍ਹਾਂ ਸ਼ੁਰੂਆਤ ਕਰਨੀ ਚਾਹੀਦੀ ਹੈ। ਕਦੇ ਨਹੀਂ ਸੋਚਿਆ ਸੀ ਪਰ ਸਾਨੂੰ ਅਸੀਂ ਬਹੁਤ ਲੱਗਿਆ ਜੋ ਸਾਨੂੰ ਮੌਕਾ ਮਿਲਿਆ ਦੀਸਮਬਰ ਸਾਡੇ ਕੋਲ ਆਏ ਉਹਨਾਂ ਸਾਨੂੰ ਲੈਕਚਰ ਦਿੱਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੇ ਚੇਅਰਮੈਨ ਨਵਜੋਤ ਪਾਲ ਸਿੰਘ ਰੰਦਾਵਾਨੀ ਕੇ ਆਏ ਕਿ ਜ਼ਿਲ੍ਹੇ ਵਿੱਚ ਸਿੱਖਿਆ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਤਹਿਤ ਹਾਸਲ 5 ਕਰੋੜ 28 ਲੱਖ ਰੁਪਏ ਦੀਆਂ ਗ੍ਰਾਂਟਾਂ ਦੀ ਦਸੰਬਰ ਮਹੀਨੇ ਤੱਕ ਖਰਚ ਵਰਤੋਂਦਾਰ ਪ੍ਰਾਇਮਰੀ ਸਕੂਲਾਂ ਲਈ 98 ਫੀਸਦ ਰਹੀ ਹੈ ਨਵਾਂ ਸ਼ਹਿਰ ਵਿੱਚ ਅੱਜ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਪਰ ਪ੍ਰਾਇਮਰੀ ਸਕੂਲਾਂ ਲਈ ਇਹ ਖਰਚ ਵਰਤੋਂ 49.62 ਫੀਸਦ ਰਹੀ ਤੇ ਇਸ ਹਮਾਲੀ ਸਾਲ ਦੇ ਅਖੀਰ ਤੱਕ ਇਸ ਦੀ 100 ਫੀਸਦ ਵਰਤੋਂ ਕਰਨ ਸੰਬੰਧੀ ਹਦਾਇਤਾਂ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਨੇ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਟੇਜ 1 ਤਹਿਤ ਸਾਰੇ ਪ੍ਰਾਇਮਰੀ ਸਕੂਲ ਸਮਾਰਟ ਬਣ ਚੁੱਕੇ ਨੇ ਜਦਕਿ ਸਟੇਜ 2 ਸਹਿਤ ਇੱਕ ਸਕੂਲ ਬਕਾਇਆ ਹੈ ਉਹਨਾਂ ਕਹੇ ਕਿ ਪਹਿਲੀ ਤੋਂ 8ਵੀਂ ਤੱਕ ਦੇ 38000 ਤੋਂ ਵੱਧ ਵਿਦਿਆਰਥੀ ਜ਼ਿਲ੍ਹੇ ਵਿੱਚ ਮਿਡ-ਡੇ ਮੀਲ ਦਾ ਲਾਭ ਲੈ ਰਹੇ ਨੇ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ black ਵਿਕਾਸ ਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਤੀਆਂ ਦੀ ਲੋੜੀ ਮਨਾਈ ਗਈ ਇਸ ਵਿੱਚ ਮਾਵਾਂ ਤੇ ਛੋਟੀਆਂ ਬੱਚੀਆਂ ਨੇ ਹਿੱਸਾ ਲਿਆ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਾਜੀਸ਼ ਕੁਮਾਰ ਨੇ ਬਾਲ ਅਧਿਕਾਰ ਤੇ ਕਾਨੂੰਨਾਂ ਬਾਰੇ ਸਾਰਿਆਂ ਨੂੰ ਜਾਗਰੂਕ ਕੀਤਾ ਤੇ ਇਸ ਸੰਬੰਧੀ ਸਮਗਰੀ ਵੀ ਵੰਡੀ ਗਈ ਮੌਜੂਦ ਔਰਤਾਂ ਨੂੰ ਪੋਸ਼ਣ ਤੇ ਸਿਹਤ ਸਿੱਖਿਆ ਦੇ ਨਾਲ ਨਾਲ ਆਪਣਾ ਆਲਾ ਦੁਆਲਾ ਸਾਫ਼ ਰੱਖਣ ਬਾਰੇ ਜਾਗਰੂਕ ਕੀਤਾ ਗਿਆ ਸੀ ਡੀਪੀਓ ਮਲਕੀਤ ਕੌਰ ਨੇ ਬੇਟੀ ਬਚਾਓ ਬੇਟੀ ਪੜਾਓ ਯੋਜਨਾ ਤਹਿਤ ਲੋਕਾਂ ਨੂੰ ਕੁੜੀਆਂ ਨੂੰ ਪੜਾਉਣ ਲਈ ਪ੍ਰੇਰਿਤ ਕੀਤਾ ਤੇ ਕੁੜੀਆਂ ਦੇ ਜੀਵਨ ਵਿੱਚ ਪੜ੍ਹਾਈ ਦੀ ਮਹੱਤਤਾ ਬਾਰੇ ਚਾਣਨਾ ਪਾਇਆ ਸਮਾਜ ਵਿੱਚ ਨਾਮਣਾ ਖੱਟਣ ਵਾਲੀਆਂ ਔਰਤਾਂ ਦੀ ਗੱਲ ਕਰਦੇ ਹੋਣਾ ਕਿਹਾ ਕਿ ਕੁੜੀਆਂ ਨੂੰ ਪੜਾਉਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰੱਖਣੀ ਚਾਹੀਦੀ ਸਮਾਗਮ ਦੌਰਾਨ ਛੋਟੀਆਂ ਬੱਚਿਆਂ ਨੂੰ ਗਿਫਟ ਪ੍ਰਦਾਨ ਕੀਤੇ ਗਏ ਪਾਰ ਸਰਕਾਰ ਦੇ ਯੂਵਾ ਮਾਮਲੇ ਤੇ ਖੇਡ ਮੰਤਰਾਲਾ ਤਹਿਤ ਨਹਿਰੂ ਯੂਵਾ ਕੇਂਦਰ ਪਟਿਆਲਾ ਯੂਨਿਟ ਨੇ ਨੈਸ਼ਨਲ ਯੂਥ ਵੀਕ ਤਹਿਤ ਖੂਨਦਾਨ ਕੈਂਪ ਸੱਭਿਆਚਾਰਕ ਪ੍ਰੋਗਰਾਮ ਲੇਖ ਮੁਕਾਬਲੇ ਅਤੇ ਹੁਨਰ ਸ਼ਖਸੀਅਤ ਮੁਕਾਬਲੇ ਸਮੇਤ ਕਈ ਮੁਕਾਬਲਿਆਂ ਦਾ ਆਯੋਜਨ ਕੀਤਾ। ਇਹਨਾਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਯੂਥ ਕਲੱਬਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਅੱਜ ਹੋਈ ਸਮਾਪਤੀ ਸਮਾਗਮ ਦੌਰਾਨ Swami Vivekananda ਦੀਆਂ ਸਿੱਖਿਆਵਾਂ ਬਾਰੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ। ਬੁਲਾਰਿਆ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਤੇ ਵਿਰਾਸਤ ਨੂੰ ਨਹੀਂ ਭੁੱਲਣਾ ਚਾਹੀਦਾ ਇਸ ਦੇ ਨਾਲ ਨਾਲ ਸਿਹਤ ਪੱਖੋਂ ਤੰਦਰੁਸਤ ਹੋਣ ਲਈ ਖੇਡਾਂ ਨਾਲ ਵੀ ਜ਼ਰੂਰ ਜੁੜਨਾ ਚਾਹੀਦਾ ਏ। ਓਡੀਸ਼ਾ ਵਿੱਚ ਚੱਲ ਰਏ ਮਰਦਾਂ ਦੇ ਵਿਸ਼ਵ ਕੱਪ ਹਾਕੀ ਮੁਕਾਬਲੇ ਵਿੱਚ ਅੱਜ ਭੁਵਨੇਸ਼ਵਰ ਵਿੱਚ ਭਾਰਤ ਦਾ ਮੁਕਾਬਲਾ ਵੇਲਜ਼ ਨਾਲ ਹੋਵੇਗਾ। ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਇਹ ਆਖਰੀ ਲੀਗ ਮੈਚ ਹੁਣ ਤੋਂ ਥੋੜੀ ਦੇਰ ਬਾਅਦ 7 ਵਜੇ ਸ਼ੁਰੂ ਹੋਵੇਗਾ। ਗਰੁੱਪ ਡੀ ਵਿੱਚ ਭਾਰਤ ਤੇ ਇੰਗਲੈਂਡ ਦੇ ਇੱਕ ਬਰਾਬਰ ਅੰਕ ਨੇ ਪਰ ਵੱਧ ਗੋਲਾਂ ਕਾਰਨ ਇੰਗਲੈਂਡ ਗਰੁੱਪ ਵਿੱਚ ਸਭ ਤੋਂ ਉੱਪਰ ਬਣਿਆ ਹੋਇਆ ਏ। ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਕੋਰੇ ਕਾਰਨ ਆਲੂ, ਟਮਾਟਰ ਤੇ ਕੁਝ ਹੋਰ ਸਬਜ਼ੀਆਂ ਦੀਆਂ ਫਸਲਾਂ ਖਰਾਬ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਏ। ਕਈ ਥਾਵਾਂ ਤੇ ਤਾਪਮਾਨ ਵਿੱਚ ਗਿਰਾਵਟ ਆਈਏ ਜਦ ਕਿ ਬਠਿੰਡਾ ਤੇ ਫਰੀਦਕੋਟ ਵਿੱਚ ਪਾਰਾ ਪਿਛਲੇ ਦਿਨੀ ਸਿਫਰ ਤੋਂ ਵੀ ਹੇਠਾਂ ਦਰਜ ਕੀਤਾ ਗਿਆ। ਮੌਸਮ ਖੁਸ਼ਕ ਹੋਣ ਕਾਰਨ ਜ਼ਮੀਨ ਵਿੱਚ ਨਮੀ ਦੀ ਮਾਤਰਾ ਵੀ ਘਟੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਕੋਹਰਾ ਪੈਣ ਦੀਆਂ ਘਟਨਾਵਾਂ ਵਿੱਚ ਵਾਧੇ ਦੇ ਹਾਲਾਤ ਨੂੰ ਦੇਖਦਿਆਂ ਆਲੂ ਦੀ ਫਸਲ ਬਚਾਉਣ ਲਈ ਹਲਕੀ ਸਿੰਚਾਈ ਕਰਨ ਦਾ ਸੁਝਾਅ ਦਿੱਤਾ ਹੈ। ਮਾਹਿਰਾਂ ਮੁਤਾਬਕ ਖਾਸ ਕਰਕੇ ਨਰਮ ਸਬਜ਼ੀਆਂ ਦੀਆਂ ਫਸਲਾਂ ਦੇ ਮਾਮਲੇ ਵਿੱਚ ਮਲਚ ਦੀ ਵਰਤੋਂ ਕੋਹਰੇ ਦੇ ਹਾਲਾਤ ਤੋਂ ਬਚਣ ਲਈ ਵੀ ਅਸਰਦਾਰ ਹੈ। ਕੋਹਰੇ ਨਾਲ ਫਸਲਾਂ ਦੇ ਨੁਕਸਾਨ ਸੰਬੰਧੀ ਰਿਪੋਰਟਾਂ ਖੇਤੀਬਾੜੀ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਤੋਂ ਮੰਗੀਆਂ ਨੇ। ਇਹ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਠੰਡ ਤੋਂ ਬਚਣ ਲਈ ਕਮਰੇ ਵਿੱਚ ਅੰਗੀਠੀ ਬਾਲ ਕੇ ਸੁੱਤੇ ਦੋ ਨੌਜਵਾਨਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਇਹ ਦੋਵੇਂ ਇੱਕ ਰਿਜ਼ੋਰਟ ਵਿੱਚ ਸਿਕਿਉਰਿਟੀ ਗਾਰਡ ਵਜੋਂ ਡਿਊਟੀ ਕਰਦੇ ਸਨ। ਪੁਲਿਸ ਨੇ ਦੋਹਾਂ ਨੌਜਵਾਨਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਲਈਆਂ ਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਰੇ ਨਿਊ ਡੀਡੀਕੇ ਜਿਲੰਦਰ ਦੇ YouTube ਚੈਨਲ, Facebook ਪੇਜ ਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ। ਤੇ ਇਸੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ। Namaskar.